ਉਕਨਾਗਨ ਦੇ ਵਿੱਚ ਜੰਗਲੀ ਅੱਗ ਦੀ ਹੈ ਪ੍ਰਕੋਪ ਜਿਹੜਾ ਉਹ ਵਾਧਾ ਦੇਖ ਸਲਾਨੀ ਉਥੋਂ ਜਾ ਰਹੇ ਨੇ ਹਾਲਾਂਕਿ ਗਰਮੀਆਂ ਆਉਂਦੇ ਕੋਵਿਡ ਦੇ ਹਾਲਾਤ ਠੀਕ ਹੋਣ ਤੇ ਸਲਾਨੀਆਂ ਦਾ ਸਵਾਗਤ ਕਰਨ ਦੇ ਲਈ ਉਕਨਾਗਨ ਤਿਆਰ ਸੀ ਪਰ ਹੁਣ ਜੰਗਲੀ ਅੱਗ ਦਾ ਧੂਆਂ ਹਰ ਪਾਸੇ ਦਿਖਾਈ ਦੇ ਰਿਹਾ ਜਿਸ ਕਰਕੇ ਸੈਰ ਸਪਾਟਾ ਵਿਭਾਗ ਨੂੰ ਨੁਕਸਾਨ ਵੀ ਹੋ ਰਿਹਾ ਤੇ ਕੈਂਪੇਨ ਕਰਦੇ ਲੋਕ ਵੀ ਉਥੇ ਛੱਡ ਕੇ ਜਾ ਰਹੇ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਗਨਾਗਨ ਆਪਣੀ ਰੀਸਟਾਰਟ ਯੋਜਨਾ ਤੇ ਤੀਜੇ ਪੜਾਅ ਦੇ ਵਿੱਚ ਦਾਖਲ ਹੋਇਆ ਹੈ ਜੰਗਲੀ ਅੱਗ ਤੇਜ਼ ਗਰਮੀ ਤੇ ਕੋਵਿਡ-19 ਦੁਆਰਾ ਸ਼ੁਰੂ ਹੋਣਾ ਮਦ ਉਕਨਾਗਨ ਦੇ ਲਈ ਕਤੀਰੀ ਹਿੱਟ ਵੱਜੋਂ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਲੌਂਗ ਵੀਕਐਂਡ ਜਦੋਂ ਮੋਰੇ ਦਿਖਾਈ ਦੇ ਰਿਹਾ ਹੈ ਇਹ ਖੇਤਰ ਜੋ ਕਿ ਬੀਸੀ ਕੈਨੇਡਾ ਤੇ ਇਥੋਂ ਤੱਕ ਕਿ ਦੁਨੀਆ ਭਰ ਦੇ ਛੁੱਟੀਆਂ ਮਨਾਉਣ ਵਾਲਿਆਂ ਲਈ ਇੱਕ ਸਹਿਰ ਸਪਾਟੇ ਵਾਲੀ ਜਗ੍ਹਾ ਵਜੋਂ ਜਾਣਿਆ ਜਾਂਦਾ ਹੈ ਗਰਮੀਆਂ ਦੇ ਠੀਕ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਸੈਕਟਰ ਮਹਾਮਾਰੀ ਦੀਆਂ ਪਾਬੰਦੀਆਂ ਦੇ ਨਾਲ ਸਖਤ ਪ੍ਰਭਾਵਿਤ ਹੋਇਆ ਜਿਵੇਂ ਕਿ ਬੀਸੀ ਇੱਕ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਰੀਸਟਾਰਟ ਯੋਜਨਾ ਦੇ ਤੀਜੇ ਪੜਾਅ ਦੇ ਵਿੱਚ ਦਾਖਲ ਹੋਇਆ ਉਮੀਦ ਸੀ ਕਿ ਚੀਜ਼ਾਂ ਦੀ ਖੋਜ ਕੀਤੀ ਜਾ ਰਹੀ ਹੈ ਪਰ ਫਿਰ ਜੰਗਲ ਦੀ ਅੱਗ ਦੇ ਸੀਜ਼ਨ ਦੀ ਸ਼ੁਰੂਆਤ ਹੋਈ ਤੇ ਇਸ ਦੇ ਵਧਨ ਦੇ ਨਾਲ ਦੱਖਣੀ ਅੰਦਰੂਨੀ ਪਿਛਲੇ ਕੁਝ ਦਿਨਾ ਤੋਂ ਗਨਗਨ ਛੀਲ ਦੇ ਆਲੇ ਦੁਆਲੇ ਦੇ ਮਸ਼ਹੂਰ ਸਥਾਨਾਂ ਦੇ ਲਈ ਧੂਆਂ ਤੇ ਸੁਆਹ ਹੋਰ ਵੱਧ ਗਈ ਹੈ। ਬਹੁਤ ਸਾਰੇ ਲੋਕ ਜੋ ਸ਼ਨੀਵਾਰ ਤੇ ਅੰਤ ਦੇ ਵਿੱਚ ਡੇਰਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸ਼ਰਤਾਂ ਬਾਰੇ ਪੁੱਛਗਿੱਛ ਕਰਨ ਤੇ ਜਿਸ ਦੇ ਨਾਲ ਲਜਿਟ ਰਹੇ ਨੇ ਉਸ ਦੀਆਂ ਫੋਟੋਆਂ ਸਾਂਝੀ ਕਰਨ ਦੇ ਲਈ ਆਨਲਾਈਨ ਗਰੁੱਪਾਂ ਦੇ ਵਿੱਚ ਗਏ। ਕਈਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਨੂੰ ਸਖਤ ਕਰਨ ਦੀ ਪੂਰੀ ਕੋਸ਼ਿਸ਼ ਵੀ ਕੀਤੀ ਹੈ। ਬੁੱਧਵਾਰ ਨੂੰ ਪੋਸਟ ਕੀਤੇ ਗਏ ਇੱਕ ਫੇਸਬੁੱਕ ਗਰੁੱਪ ਨੇ ਕਿਹਾ ਕਿ ਛੀਲ ਦੇ ਤੁੰਦਲੇ ਦ੍ਰਿਸ਼ ਦੀ ਫੋਟੋ ਪੋਸਟ ਕੀਤੀਆਂ ਗਈਆਂ ਨੇ ਤੇ ਕਿਹਾ ਕਿ ਅਸੀਂ ਹੁਣੇ ਹੀ ਸਭ ਕੁਝ ਯਾਨੀ ਫੈਂਟਰੀ ਕੋਲੋਨਾ ਦੇ ਨੇੜ ਪੋਸਟੇ ਵਿੱਚ ਕਿਹਾ ਗਿਆ ਕਿ 5 ਦਿਨਾਂ ਤੱਕ ਧੂਆ ਬਰਦਾਸ਼ਤ ਕੀਤਾ ਜਾਣਾ ਹੁਣ ਮੁਸ਼ਕਲ ਹੋ ਚੁੱਕਾ ਸੀ ਅੱਜ ਅਜਿਹਾ ਕੁਝ ਨਹੀਂ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਝੀਲ ਵੀ ਨਹੀਂ ਦੇਖ ਸਕੇ ਕਿਉਂਕਿ ਬੱਦਲਵਾਹੀ ਬਹੁਤ ਸੀ ਅੱਗ ਦੀ ਬਦਬੂ ਆ ਰਹੀ ਸੀ ਤੇ ਸਵਾ ਵੀ ਡਿਗ ਰਹੀ ਸੀ ਸੜਕ ਦੇ ਹੇਠਾਂ 8 ਕਿਲੋਮੀਟਰ ਦੇ ਕਰੀਬ ਨਿਕਾਸੀ ਦੀ ਚੇਤਾਵਨੀ ਦਿੱਤੀ ਗਈ ਸੀ ਇਹ ਤਸਵੀਰ ਦੁਪਹਿਰ ਸਮੇਂ ਲਈ ਗਈ ਸੀ ਤੇ ਦਿਨ ਚੜ੍ਹਦੇ ਹੀ ਹੋਰ ਬੱਤਰ ਹੋ ਗਈ ਕਈਆਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਕਿ ਹੈ ਕਿ ਉਹਨਾਂ ਨੂੰ ਪਹਿਲੇ ਦਿਨ ਹੀ ਕੈਂਪ ਸਾਈਟ ਛੱਡਨੇ ਪੈਣਗੇ ਕਿਉਂਕਿ ਹਾਲਾਤ ਠੀਕ ਨਹੀਂ ਹੈ ਧੂਆ ਫੈਲ ਰਿਹਾ ਹੈ ਦੱਸਦੀ ਕਿ ਇਸ ਵੇਲੇ ਪੂ 45 ਸਰਗਰਮ ਅੱਗਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਕੈਮਲੂਪਸ ਤੇ ਦੱਖਣ ਪੂਰਬੀ ਫਾਇਰ ਸੈਂਟਰਾਂ ਵਿੱਚ ਸੜ ਰਹੇ ਨੇ ਸਾਡੇ ਤੇ ਇੱਕ ਹੋਰ ਗਰਮੀ ਦੀ ਲਹਿਰ ਦੇ ਨਾਲ ਡਰ ਹੈ ਕਿ ਜੰਗਲ ਦੀ ਅੱਗ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਉੱਚ ਤਾਪਮਾਨ ਤੇ ਘੱਟ ਨਮੀ ਵੀ ਬਾਹਰ ਰਹਿਣ ਦੇ ਚਾਹਵਨ ਲੋਕਾਂ ਲਈ ਕੁਝ ਹਮਲਾਵਰ ਸਥਿਤੀਆਂ ਬਣਾ ਰਹੀ ਹੈ ਐਲਨ ਵਾਕਰ ਮੈਥਿਊ ਥਾਮਸਨ ਔਕਨਾਗਨ ਟੂਰਿਜ਼ਮ ਐਸੋਸੀਏਸ਼ਨ ਦੇ ਸੀਈਓ ਨੇ ਉਹਨਾਂ ਕਿਹਾ ਹੈ ਕਿ ਚੀਜ਼ਾਂ ਲਈ ਸਮਾਂ ਮੁਸ਼ਕਿਲ ਹੈ ਪਰ ਨਾਲ ਹੀ ਕਿਹਾ ਹੈ ਕਿ ਮੈਂਬਰ ਸਹਿਯੋਗ ਕਰ ਰਹੇ ਨੇ ਉਹਨਾਂ ਕਹਿ ਕੇ ਅਸੀਂ ਜਾਣਦੇ ਹਾਂ ਕਿ 15 ਮਹੀਨਿਆਂ ਦਾ ਸਮਾਂ ਮੁਸ਼ਕਿਲ ਰਿਹਾ ਹੈ ਤੇ ਹਰ ਕੋਈ ਟਰੈਕ ਤੇ ਵਾ ਇਹਨਾਂ ਨੰਬਰਾਂ ਨੂੰ ਹੇਠਾਂ ਲਿਆਉਣ ਦੇ ਲਈ ਜੇ ਮਾਸਕਿੰਗ ਤੇ ਹੋਰ ਪਾਬੰਦੀਆਂ ਲਗਾਉਣ ਦੀ ਲੋੜ ਹੋਈ ਤਾਂ ਅਸੀਂ ਸਿਹਤ ਦੇ ਆਦੇਸ਼ ਦੀ ਪਾਲਣਾ ਕਰਾਂਗੇ। ਵੀਰਵਾਰਤਾ ਕੋਗਨਾਗਨ ਦੇ ਉਸ ਹਿੱਸੇ ਵਿੱਚ ਅੰਦਰੂਨੀ ਜਨਤਕ ਥਾਵਾਂ ਤੇ ਇੱਕ ਵਾਰ ਫਿਰ ਮਾਸਕ ਲਾਜ਼ਮੀ ਹੈ ਤੇ ਸਰੀਰਕ ਦੂਰੀ ਸੰਭਵ ਨਹੀਂ ਹੈ ਤਾਂ ਮਾਸਕ ਬਾਹਰੋਂ ਉਤਸ਼ਾਹਿਤ ਕੀਤੇ ਜਾਂਦੇ ਨੇ। ਬਾਰ, ਰੈਸਟੋਰੈਂਟ, ਨਾਈਟ ਕਲੱਬ ਤੇ ਜਿਮ ਨੂੰ ਸੁਰੱਖਿਆ ਪ੍ਰੋਟੋਕੋਲ ਦੇ ਨਾਲ ਖੁੱਲੇ ਰੱਖਣ ਦੀ ਆਗਿਆ ਦਿੱਤੀ ਗਈ ਹੈ। ਬੀਸੀ ਦੇ ਡਾਕਟਰ ਦਾ ਕਹਿਣਾ ਹੈ ਕਿ ਨਵੀਂ ਖੇਤਰੀ ਪਹੁੰਚ ਵਿੱਚ ਕਾਰੋਬਾਰੀ ਨਿਰੀਖਣ ਨੂੰ ਵੀ ਸ਼ਾਮਲ ਕੀਤਾ ਜਾਏਗਾ। ਇਸ ਦੱਸੋ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਨਲ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ